अपने दरमियान पहुंच चुके हैं। उन्हों का इस टूरनामेंट से पहुंचने से बहुत बहुत धन्यवाद। बलजिंदर सिंह जी कप्पू वो भी उचेचे तौर पर पुजे ने कल कलां वाले मोगे की टीम नूं स्क्रैच कर लगी है जी। मोगा अकाल सर की टीम कोरे वाला ते वैरो का प्रबंध की कमेटी नूं बेनती मोगे की टीम नहीं आई माड़ा जिहा फैसला लिओ जी। हैलो दो मिनट का टाइम दिओ जी बस। अकाल सर मोगे की टीम नूं इको मिनट का ही समा जी। अकाल सर मोगे की टीम नूं इको ही मिनट का समा। संत बाबा गुरदीप सिंह जी महापुरशां दे आशीर्वाद है। चंद पुराने का जिहड़ा मेला वह भी महापुरशां दे आशीर्वाद सदका पूरी दुनिया दे विच मशहूर है। मेरे वीरो संत महापुरशां दे आशीर्वाद है। बहुत बहुत धन्यवाद सारे जिन्हें सेवादार नाल पुजे ने। अकाल सर मोगे की टीम आई जी। मैच की जल्दी दे नाल शुरुआत करवा दिओ। जदों स्टेज की कार्रवाई करनी हुई सानू दस दिओ जी प्लीज। वैरोके ते कोरे वाला वो भी टीम अगले मैच लिए तैयार रहन। रज्जी वाला ते समालसर धनौला ते जनेतपुरा चंद नवा ते सिख इंदगढ़ ते खोसा कोटला। सिस्टम देखो जी तो ग्राउंड च खिलाड़ी भी आ बाई की करतब कर रहा सानू दस दिंदा पहला दंदा ना खूंडा चकना। दंदा नाल खूंडा कबड्डी दे विच करतब भी बहुत देखने नू मिलते आ। पप्पू आस्ट्रेलिया जी उन्हां नू बेनती आ ओ स्टेज ते आउण ते अपना मान सम्मान प्राप्त करना। ਬਹੁਤਾ ਸਮਾਂ ਨਾਲ ਲੈਂਦਾ ਤੁਹਾਡਾ ਰੂਪ ਰੂਪ ਕਰਾਉਣ ਜਾ ਰਿਹਾ ਉਹ ਮਾਰ।
ਵਾਲੀ ਮੁੰਡਿਆ ਦੇ ਵਿੱਚ ਕਿਸੇ ਗੱਲਿਆ ਪੱਠੇ ਲਾਇਆ ਪੱਟਵਦੇ ਸਾਜਟਾ ਕਰੋ ਪਾਰ ਚਲਾਇਆ ਦੇ ਵਿੱਚ ਕਿਸੇ ਗੱਲਿਆ ਪੱਠੇ ਲਾਇਆ ਨੀ ਪੱਟਵਦੇ ਸਾਜਟਾ ਕਰੋ ਪਾਰ ਚਲਾਇਆ ਚੱਕ ਤੋੜ ਕੇ ਬਹਿ ਗਏ ਚੱਕ ਤੋੜ ਕੇ ਬਹਿ ਗਏ ਚੱਕ ਤੋੜ ਕੇ ਬਹਿ ਗਏ ਅਰਬ ਦੀਆਂ ਹੱਟਾਂ ਸਾਨੂੰ ਬਸ
ਸਿਆਸ ਨੂੰ ਲਿਆ ਸਾਜਰੀ ਜਵਾਕ ਖੜਾਉਣਾ ਜੱਟਾਂ ਨੇ ਸਿਆਸ ਨੂੰ ਲਿਆ ਸਾਜਰੀ ਜਵਾਕ ਖੜਾਉਣਾ ਜੱਟਾਂ ਨੇ ਹੁਣ ਧਰਮਰਾਜ ਦੀ ਕੁਰਸੀ ਨੂੰ ਹਦਵਾਉਣਾ ਜੱਟਾਂ ਨੇ ਹੁਣ ਧਰਮਰਾਜ ਦੀ ਕੁਰਸੀ ਨੂੰ ਹਦਵਾਉਣਾ ਜੱਟਾਂ ਨੇ ਬਿੰਦਰ ਕਹਿੰਦਾ ਸਿੰਘੇ ਬਿੰਦਰ ਕਹਿੰਦਾ ਸਿੰਘੇ ਬਿੰਦਰ ਕਹਿੰਦਾ ਸਿੰਘੇ ਅੱਜ ਰਜੂਗੇ ਵੱਡਾ ਨੂੰ ਜੈਤ ਸਿੰਘ ਵਾਲੇ ਦੀ ਪਵਿੱਤਰ ਧਰਤੀ ਹੈ। ਖਿਡਾਰੀ ਵੀਰਾਂ ਨੂੰ ਬੇਨਤੀ ਆ ਵੀ ਆਪਾਂ 7:30 ਤੋਂ ਪਹਿਲਾਂ ਜਿਹੜਾ ਕਬੱਡੀ ਓਪਨ ਦਾ ਫਾਈਨਲ ਮੈਚ ਕਰਵਾਉਣਾ, ਫਿਰ ਵੀਰ ਦਵਿੰਦਰ ਤੇ ਨਾਲ ਗੋਨਿਆਣੇ ਵਾਲੇ ਅਮਰਤਪਾਲ ਮਾਨ ਸਿੰਘ ਦਾ ਵੀ ਜਿਹੜਾ ਮੇਰੇ ਵੀਰੋ ਰੰਗਾ ਰੰਗ ਪ੍ਰੋਗਰਾਮ ਜ਼ਰੂਰ ਮਨੋਰੰਜਨ ਕਰਨਾ। ਇਸ ਮੈਚ ਤੋਂ ਬਾਅਦ ਧਨੌਲਾ ਵਰਸਿਜ ਜਨੇਤਪੁਰਾ, ਇਹ ਵੀ ਟੀਮਾਂ ਖੇਡ ਮੈਦਾਨ ਦੇ ਨਾਲ ਜੁੜ ਜਾਣ। ਇਧਰ ਕਹਿੰਦੇ ਕਬੱਡੀ ਜਲਾਲ ਦੇ ਕਹਿੰਦੇ ਗਗਨ ਨੌਜਵਾਨ ਨੇ ਪਾ ਦਿੱਤੀ ਹੈ, ਇੱਕ ਜੋਗੇ ਵਾਲੇ ਦਾ ਗਗਨ ਖੇਡ ਕਬੱਡੀ ਦਾ ਮੰਨਿਆ ਪਰਮੰਨਿਆ ਧਾਵੀ ਆ, ਪਰ ਆਹ ਮੁੰਡੇ ਦਾ ਜਲਾਲ ਪਿੰਡ ਹੈ। ਕੁਲਦੀਪ ਮਾਨਕ ਦਾ ਵੀ ਨਾਂ ਚੱਲਿਆ ਕਿ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲੇ, ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ, ਤੇਰੇ ਟਿੱਲੇ ਤੋਂ ਸੂਰਤ ਦਿੰਦੀ ਹੈ ਔਲੇ ਵੇਖ ਗੋਰਖਾ ਉੱਠਦੀ ਹੈ ਫੁਲਕਾਰੀ। ਚੰਦ ਨਵਾਂ ਤੇ ਸੇਖਾ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਚੰਦ ਨਵਾਂ ਤੇ ਸੇਖਾ ਇੰਦਗੜ੍ਹ ਤੇ ਖੋਸਾ ਕੋਟਲਾ ਰਸੂਲਪੁਰ ਤੇ ਥਾਂਦੇ ਵਾਲਾ, ਉਧਰ ਕਹਿੰਦੇ ਹਿੰਦਾ ਮਲਕ ਦਾ ਜੱਫਾ ਲਾਉਣ ਦੀ ਟਰਾਈ ਕਰਦਾ, ਪਰ ਪੁਆਇੰਟ ਇਸ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਲਈ ਜ਼ੋਰ ਦਿੱਤਾ। ਅਗਲੇ ਮੈਚਾਂ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਮਾਫੀ ਚਾਹਾਂਗੇ, ਥੋੜਾ ਮੈਚ ਅਸੀਂ ਅਨਾਊਂਸ ਨਹੀਂ ਕਰ ਸਕੇ। ਹੁਣ ਜਿਹੜੇ ਮੈਚ ਅਨਾਊਂਸ ਕੀਤੇ ਆ ਉਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਚੰਦ ਨਵਾਂ ਤੇ ਸੇਖਾ ਇੰਦਗੜ੍ਹ ਤੇ ਖੋਸਾ ਕੋਟਲਾ ਰਸੂਲਪੁਰ ਤੇ ਥਾਂਦੇ ਵਾਲਾ ਭਿੰਡਰ ਤੇ ਬਲੇਰ ਖਾਨਪੁਰ ਔਰ ਜਨੇਤਪੁਰੀ ਵੀ ਪਾਈ ਕਬੱਡੀ ਤੇ ਸੈਦੋ ਗਿਆ ਦਾ ਨੌਜਵਾਨ ਗੱਲ ਕਰੇਗਾ। ਇਸ ਵੇਲੇ ਪੁਆਇੰਟ ਕਹਿੰਦੇ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ ਕਿ ਗੋਲ ਦੇ ਦਾਇਰਾ ਵਿੱਚ ਹੰਦੇ ਨੇ ਤੇ ਰਸਤੇ ਚੜ ਜਾਂਦਾ ਚਾਹ ਜਦ ਖਿਡਾਰੀ ਵਿੱਚ ਦਿਸਦੇ ਵਾਰੇ ਵਾਰੇ ਜਾਵਾਂ ਜੇ ਕਾਰ ਇਹਦੀ ਕੱਢੀ ਤੇ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਲੈ ਵੀ ਰਵਣਿਆ ਵੇਖੀ ਨੌਜਵਾਨ ਪਈ ਹੋਈ ਕਬੱਡੀ। ਲਓ ਧਨੌਲੇ ਦਾ ਨੌਜਵਾਨ ਕਬੱਡੀ ਪਾ ਰਿਹਾ, ਕਹਿੰਦੇ ਜਗਤਾਰ ਧਨੌਲੇ ਨੇ ਤਕੜੀ ਕਬੱਡੀ ਖੇਡੀ ਅਤੇ ਕਾਲਾ ਅੱਜ ਦੇ ਸਮੇਂ ਦਾ ਸਟਾਰ ਆ। ਆਓ ਦੇਖੋ ਕਹਿੰਦੇ ਹਨ ਸੁਰੇ ਦਾ ਜਾਫਾ ਲੱਗਿਆ ਤੇ ਭੋਡੀ ਵਾਲੇ ਨਿੰਮੇ ਨੇ ਫੈਸਲਾ ਕੀਤਾ ਵੀ ਨੰਬਰ ਜਾਫੀਆਂ ਦੇ ਸਿਰ ਜਸਟ ਉਧਰ। ਰਮਨ ਸਾਡੇ ਦੋਵੇਂ ਬੁਲਾਰਿਆਂ ਦੇ ਲਈ 500 ਦਾ ਮਾਨ ਸਨਮਾਨ ਜਾਨੀ ਹੋਈ ਸਾਡੀ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਵੀਰ ਹੈ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫਿਰੇ ਡੋਲ ਦਾ ਜੇਰਾ ਜਾਂ ਕਹਿ ਦੇ ਸਾਹਿਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ ਜਲਾਲ ਪਿੰਡ ਹੈ। ਗਗਨ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ, ਚਾਰ ਜਾਫੀ ਬਿਲਕੁਲ ਤਿਆਰ ਵਰ ਤਿਆਰ ਹੈ। ਕਦੇ ਗੱਲ ਲਾਭ ਹੀਰੇ ਨੇ ਕੀਤੀ ਹੈ ਕਿ ਉਹ ਗੱਭਰੂ ਚੋਟੀ ਨੇ ਰਾਜਾ ਬਾਜ ਤੇ ਤੀਰਥ ਜੀਤਾ, ਹਾੜਾ ਛੱਡਦੇ ਨਸ਼ਿਆਂ ਨੂੰ ਕਾਹਦਾ ਜ਼ਿੰਦਗੀ ਨਾਲ ਸ਼ਰੀਕਾ, ਇਹ ਖੇਡ ਪੰਜਾਬੀਆਂ ਦੀ ਰੱਖਣੀ ਚਾਹੁੰਦੇ ਜੇ ਚਮਕਾ ਕੇ। ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ, ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ। ਇੱਧਰ ਬੱਸੀਆਂ ਵਾਲਾ ਚੀਮਾ ਵੀ ਕਹਿੰਦੇ ਕਬੱਡੀ
ਵਾਈ ਫਾਈ ਵਾਲਾ ਪੁੱਜਿਆ ਹੋਇਆ ਉਸ ਵੀਰ ਦਾ ਵੀ ਧੰਨਵਾਦ ਹੈ। ਅਮਰਤ ਚੀਮਾ ਬੱਸੀਆਂ ਵਾਲਾ ਆਓ ਦੇਖੋ ਨੌਜਵਾਨ ਅੰਤਰ ਮੇਰੇ ਵੀਰੋ ਕਬੱਡੀ ਪਾ ਰਿਹਾ ਆਈ ਹੋਈ ਕਬੱਡੀ ਤੇ ਚਾਰ ਜਾਫੀ ਹੈ ਤੇ ਵੱਡਾ ਹਜੂਮ ਖੇਡ ਕਬੱਡੀ ਦੇ ਦਰਸ਼ਕ ਪੁੱਜੇ ਹੋਏ ਹੈ। ਆਓ ਦੇਖੋ ਪਾਈ ਕਬੱਡੀ ਤੇ ਦੋ ਖਿਡਾਰੀਆਂ ਦੇ ਦਰਮਿਆਨ ਇੱਕ ਟੱਕਰ ਹੈ ਇੱਕ ਪਾਸੇ ਧਨੌਲੇ ਵਾਲਾ ਔਰ ਉਧਰ ਮੁੰਡਾ ਜਨੇਤਪੁਰੀ ਇੱਕ ਜਾਨਦਾਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸਰਪੰਚ ਸਰਦਾਰ ਜਗਮੋਹਨ ਸਿੰਘ ਜੀ ਉਹਨਾਂ ਦੇ ਸੱਦੇ ਤੇ ਦੁਨੀਆ ਭਰ ਦੇ ਸੁਪਰ ਸਟਾਰ ਪੁੱਜੇ ਹੈ। ਉਧਰ ਕਹਿੰਦੇ ਰਾਣਾ ਸਿੱਧੂ ਜੀ ਹੋਰਾਂ ਦੇ ਨਾਲ ਵੀ ਪਿਆਰ ਆ ਤੇ ਜੋਰਾ ਸਿੰਘ ਜੀ ਸਿੱਧੂ ਦੋਦਰ ਵਾਲੇ ਉਹ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਨੇ। ਗੁਰਪ੍ਰੀਤ ਸਿੰਘ ਜੀ ਸੇਖੋ ਮੁੱਦਗੀ ਵਾਲੇ ਨੀਟਾ ਦਿਆਲ ਧਰੂ ਦੋਦਰ ਸਰਦਾਰ ਕਮਿੱਕਰ ਸਿੰਘ ਜੀ ਔਗੜ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲੀਆ ਜੋਧਾ ਕੋਠਾ ਗੁਰੂ ਰਿੱਕੀ ਸਿੰਘਾਂ ਵਾਲਾ ਜੰਟਾ ਸਿੰਘਾਂ ਵਾਲਾ ਰਾਜੂ ਘੱਲ ਕਲਾਂ ਤੇ ਨਾਲ ਨਵੀ ਸਿੰਘਾਂ ਵਾਲਾ ਤੇ ਜੌਨੀ ਹੋਰਾਂ ਦਾ ਵੀ ਧੰਨਵਾਦ ਹੈ। ਦੀਪ ਹੋਰਾਂ ਦਾ ਵੀ ਧੰਨਵਾਦ ਹੈ ਤੇ ਹੱਥ ਜੁੜ ਕੇ ਸ਼ੇਰਾਂ ਦੇ ਹਰ ਕੇ ਦੇਖੇ ਕੋਲਾ ਜ਼ਮਾਨਾ ਤੱਪ ਉਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ ਤੱਪ ਉਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ ਚੰਦ ਨਵਾਂ ਤੇ ਸੇਖਾ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਇਸ ਮੈਚ ਦੇ ਵਿੱਚ ਜਨੇਤਪੁਰਾ ਦੀ ਟੀਮ ਜੇਤੂ ਰਹੀ ਹੈ ਜੀ ਨੋਟ ਕਰ ਲਿਓ ਜਨੇਤਪੁਰਾ ਚੰਦ ਨਵਾਂ ਗੁਆਂਢੀ ਪਿੰਡ ਹੈ ਜੱਸੀ ਹੋਣੀ ਮਾਨਕੁਣੀ ਖੇਡ ਮੈਦਾਨ ਦੇ ਵਿੱਚ ਪੁੱਜ ਰਿਹਾ ਤੇ ਸੇਖੇ ਦੀ ਟੀਮ ਨੂੰ ਵੀ ਬੇਨਤੀ ਹੈ ਟੀਮ ਜਲਦੀ ਆਵੇ ਨਾਲ ਇੰਦਗੜ੍ਹ ਤੇ ਖੋਸਾ ਕੋਟਲਾ ਤੇ ਇੱਧਰ ਸਾਡਾ ਵੀਰ ਹੈ ਸਨੀ ਵੀ ਰੋਡਿਆਂ ਵਾਲਾ ਪੁੱਜਿਆ ਉਹਨਾਂ ਦਾ ਵੀ ਕਹਿੰਦੇ ਜਗਮੋਹਨ ਸਰਪੰਚ ਉਹਨਾਂ ਦੇ ਨਾਲ ਭਰਾਵਾਂ ਵਾਲਾ ਪਿਆਰ ਹੈ ਤੇ ਟੀਮਾਂ ਦੇ ਖਿਡਾਰੀਆਂ ਨੂੰ ਸਾਡੀ ਬੇਨਤੀ ਹੈ ਵੀ ਟੀਮਾਂ ਜਲਦੀ ਤੋਂ ਜਲਦੀ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਖੇਡ ਗਰਾਊਂਡ ਦੇ ਵਿੱਚ ਪੁੱਜਣ ਦੀ ਕਿਰਪਾਲਤਾ ਕਰਨ। ਚੰਦ ਨਵਾਂ ਤੇ ਸੇਖੇ ਦੇ ਦਰਮਿਆਨ ਮੈਚ ਸ਼ੁਰੂ ਹੋਣ ਜਾ ਰਿਹਾ ਦੋਨੇ ਟੀਮਾਂ ਦੇ ਦਰਮਿਆਨ ਤਕੜੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਆ ਕਿ ਨਾਲ ਮਾਸ ਦੇ ਗੁੰਡੀਆਂ ਹਿੱਕਾਂ ਡੌਲਿਆਂ ਦੇ ਵਿੱਚ ਜਾਣਾ ਵਿੱਚ ਮੈਦਾਨੇ ਟੱਕਰ ਲੈਣੀ ਭਿੜ ਦੇ ਵਾਂਗ ਰਸਾਨਾ ਗੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਹਿੰਦ ਪਾਕ ਦੀ ਜੰਗ ਵਰਗਾ ਕਈ ਧਰਮਿਆਂ ਮੈਚ ਦਿਖਾ ਦਿੰਦੇ ਹਿੰਦ ਪਾਕ ਦੀ ਜੰਗ ਵਰਗਾ ਕਈ ਧਰਮਿਆਂ ਮੈਚ ਦਿਖਾ ਦਿੰਦੇ। ਇੱਧਰ ਮੈਚ ਸੇਖੇ ਦੀ ਟੀਮ ਪਿੰਡ ਵਾਲੀ ਸਾਈਡ ਹੈ ਤੇ ਚੰਦਾਂ ਦੀ ਟੀਮ ਖੇਤਾਂ ਵਾਲੀ ਸਾਈਡ ਹੈ। ਅੱਜ ਕਹਿੰਦੇ ਯਾਰਾਂ ਦੀਆਂ ਯਾਰੀਆਂ ਖਿਡਾਰੀ ਵੀ ਪਗਾ ਰਹੇ ਆ ਤੇ ਦਰਸ਼ਕ ਵੀ ਪਗਾ ਰਹੇ ਆ ਤੇ ਖੇਡ ਮੈਦਾਨ ਦੇ ਵਿੱਚ ਸੇਖੇ ਵਾਲਾ ਰਾਜਾ ਕਬੱਡੀ ਪਾ ਰਿਹਾ ਕਿ ਮਿਲ ਜਾਣ ਮੰਜ਼ਲਾਂ ਦੇ ਹੋਣ ਦਿਲੋਂ ਧਾਰੀਆਂ ਵਾਧੇ ਘਾਟੇ ਦੇਖ ਕਦੇ ਨਿਭਣੇ ਨਾ ਯਾਰੀਆਂ ਮਾਸੀ ਕਹਿੰਦੇ ਅਮਰੇ ਜੇ ਤੀਰ ਨਾ ਨਿਸ਼ਾਨੇ ਲੱਗੇ ਕੱਢੀ ਵਾਲੀ ਦੋਸ਼ ਹੱਥ ਫੜੀ ਹੋਈ ਕਮਾਨ ਤੇ ਸੁੱਖੀ ਲੋਕੋ ਯਾਰ ਹੁੰਦੇ ਹੀਰਿਆਂ ਤੋਂ ਕੀਮਤੀ ਕੀਤਾ ਨਹੀਂ ਉਹ ਜਾਂਦਾ ਮਾਣ ਹਰ ਇਨਸਾਨ ਤੇ ਕੀਤਾ ਨਹੀਂ ਉਹ ਜਾਂਦਾ ਮਾਣ ਹਰ ਇਨਸਾਨ ਤੇ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਵੇਖੋ ਲੱਗਿਆ ਰੱਬ ਨੂੰ ਧਿਆਉਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਧਾਰੀ ਚੱਲਿਆ ਕਬੱਡੀਆਂ ਪਾਉਣ ਲੋਕੋ ਧਾਰੀ ਚੱਲਿਆ ਕਬੱਡੀਆਂ ਪਾਉਣ ਲੋਕੋ ਉਧਰ ਦੇਖੀਏ ਉੱਡਦਾ ਹੋਇਆ ਰੇਤਾ ਮੇਰੇ ਵੀਰ ਉੱਪਰ ਪੁਆਇੰਟ ਇਸ ਨੌਜਵਾਨ ਧਾਰੀ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ। ਇੱਧਰ ਨੌਜਵਾਨ ਕਬੱਡੀ ਪਾਉਣ ਦੇ ਲਈ ਤਿਆਰ ਹੈ ਤੇ ਉਧਰ ਮਹਾਂਪੁਰਸ਼ ਸੰਤ ਬਾਬਾ ਗੁਰਜੀਤ ਸਿੰਘ ਜੀ ਪੁੱਜੇ ਹੋਏ ਆ ਤੇ ਹਰ ਜੱਫੇ ਤੇ 200 ਦਾ ਮਾਣ ਕਰਨਗੇ। ਗੁਰਜੀਤ ਖਾਲਸਾ ਦੇ ਨਾਲ ਵੀ ਕਹਿੰਦੇ ਮੋਹ ਹੈ ਪਿਆਰ ਹੈ ਕਿਉਂਕਿ ਸੱਚਾ ਸੁੱਚਾ ਸੇਵਕ ਹੈ ਤੇ ਰੈਗੂਲਰ ਕਹਿੰਦੇ ਨਮਸਕਾਰ ਕਰਨ ਦੇ ਲਈ ਗੁਰਦੁਆਰਾ ਸਾਹਿਬ ਪੁੱਜਦਾ ਹੈ। ਇੱਧਰ ਜੱਸੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਹੈ। ਚੰਦਰਮਾ ਦਾ ਜੱਸੀ ਹੈ ਗੋਰਾ ਨਿਸ਼ੋ ਰੰਗ ਹੈ ਗਲ ਦੇ ਵਿੱਚ ਗਾਨੀ ਹੈ ਅੱਥਰੀ ਜਵਾਨੀ ਹੈ ਤੇ ਕਬੱਡੀ ਪਾ ਰਿਹਾ ਸੇਖੇ ਦੇ ਚਾਰ ਜਾਫੀ ਹੈ ਕਹਿੰਦੇ ਕੇਵਲ ਨੇ ਤਗੜੀ ਕਬੱਡੀ ਖੇਡੀ ਹੈ ਹਰਜੀਤ ਬਰਾੜ ਦੇ ਨਾਲ। ਆਓ ਦੇਖੋ ਮੁਕਾਬਲਾ ਸਿੱਖ ਸਰਦਾਰ ਖਿਡਾਰੀ ਦੇ ਨਾਲ ਜੱਸੀ ਦਾ ਹੋਇਆ ਤੇ ਪੁਆਇੰਟ ਚੰਦਾ ਵਾਲਾ ਜੱਸੀ ਆਪਣੀ ਟੀਮ ਦੇ ਲਈ ਜੋੜ ਚੁੱਕਿਆ। ਇੱਧਰ ਰਾਜਾ ਸੇਖੇ ਵਾਲਾ ਕਬੱਡੀ ਪਾ ਰਿਹਾ ਤੇ ਇੰਦਗੜ੍ਹ ਤੇ ਖੋਸਾ ਕੋਟਲਾ ਟੀਮਾਂ ਤਿਆਰ ਰਹਿਣ। ਇੰਦਗੜ੍ਹ ਤੇ ਖੋਸਾ ਕੋਟਲਾ ਰਸੂਲਪੁਰ ਤੇ ਥਾਂਦੇ ਵਾਲਾ ਭਿੰਡਰ ਤੇ ਬਲੇਰ ਖਾਨਪੁਰ। ਆਓ ਦੇਖੋ ਮੁਕਾਬਲਾ ਸਖਤ ਹੈ ਇਹ ਕੌਣ ਹੈ ਇਹ ਗੱਗੀ ਆ ਮੇਰੇ ਵੀਰੋ ਮੱਲੇ ਵਾਲਾ। ਆਓ ਦੇਖੋ ਵੱਜਿਆ ਧੱਕਾ ਤੇ ਮਾਲ ਮਾੜਿਆਂ ਦਾ ਤਕੜੇ ਲੈ ਜਾਂਦੇ ਮੁੱਢ ਮੁੱਢ ਤੋਂ ਦਸਤੂਰਮੀਆਂ ਤੇ ਪੁਆਇੰਟ ਕਹਿੰਦੇ ਨੌਜਵਾਨ ਜਾਫੀ ਨੇ ਉਧਰ ਚੰਦਾਂ ਦੀ ਟੀਮ ਦੇ ਲਈ ਜੋੜ ਦਿੱਤਾ। ਦੋਦਰ ਦਾ ਗੱਗੂ ਕਬੱਡੀ ਪਾ ਰਿਹਾ ਤੇ ਸੈਦੋ ਕਹਿੰਦਾ ਬੱਚੂ ਗੱਲ ਕਰਨ ਜਾ ਦੋਦਰ ਦੀ ਧਰਤੀ ਮਹਾਨ ਕਬੱਡੀ ਖਿਡਾਰੀਆਂ ਦੀ ਮਹਾਨ ਪ੍ਰਮੋਟਰਾਂ ਦਾ ਨਗਰ ਹੈ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ। ਉਧਰ ਕਹਿੰਦੇ ਜੋਰਾ ਸਿੱਧੂ ਦੋਦਰ ਦਾ ਕਬੱਡੀ ਦਾ ਬਹੁਤ ਸਤਿਕਾਰ ਕਬੱਡੀ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਉਚੇਚੇ ਤੌਰ ਤੇ ਪੁੱਜੀਆਂ ਹੋਈਆਂ ਬਦਨੀ ਲੋਕੋ ਦੋਦਰ ਰਸੂਲਪੁਰ ਕੌਮ ਕੇ ਝੂਠ ਚੱਕ